हेलो फ्रेंड्स, हाउ आर यू? आई होप तुसी सारे ठीक होवोंगे। अज दी क्लास विच असी करांगे पंजाबी रिश्मा, पंजाबी व्याकरण अते रचनावां दे, यानी कि ग्रामर लैसन, क्लास थर्ड दी ग्रामर दे फर्स्ट चैप्टर दे। फर्स्ट चैप्टर हैगा भाषा, लैंग्वेजेस। ओके, प्रीति ने सोनिया नूं पुछया, तूं पिछले 2 दिन स्कूल क्यों नहीं आई? सोनिया ने दसिया कि उसनू बुखार सी। अध्यापक जी दे जमात विच आउण ते सब बच्चे सत्कार वजों खड़े हो गए। अध्यापक जी ने बच्चियां नू बैठन दा इशारा कीता। अध्यापक जी ने बच्चियां नू दसिया कि जिस साधन राही असी अपनी गल दूजे तक ਪਹੁੰਚਾਉਂਦੇ ਹਾਂ ਉਸ ਨੂੰ ਭਾਸ਼ਾ ਕਹਿੰਦੇ ਹਨ। ਭਾਸ਼ਾ ਰਾਹੀਂ ਹੀ ਅਸੀਂ ਦੂਜੇ ਦੀ ਗੱਲ ਸਮਝਦੇ ਹਾਂ। ਅਸੀਂ ਟੈਲੀਫੋਨ 'ਤੇ ਜਾਂ ਮੋਬਾਈਲ ਰਾਹੀਂ ਵੀ ਗੱਲ ਕਰਦੇ ਹਾਂ। ਮੋਬਾਈਲ ਰਾਹੀਂ ਅਸੀਂ ਮੈਸੇਜ ਵੀ ਭੇਜਦੇ ਹਾਂ। ਅਸੀਂ ਦੂਰ ਬੈਠੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਪੱਤਰ ਵੀ ਲਿਖਦੇ ਹਾਂ ਅਤੇ ਈਮੇਲ ਵੀ ਭੇਜਦੇ ਹਾਂ। ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੀ ਗੱਲ ਦੂਜੇ ਤੱਕ ਪਹੁੰਚਾਉਂਦੇ ਹਾਂ। ਉੱਪਰ ਦਿੱਤੇ ਚਿੱਤਰ ਵਿੱਚ ਅਧਿਆਪਕ ਸਾਹਿਬ ਵੱਲੋਂ ਭਾਸ਼ਾ ਦੀ ਪਰਿਭਾਸ਼ਾ ਬੋਰਡ 'ਤੇ ਲਿਖੀ ਗਈ। ਪਾਠ ਵਿੱਚ ਦਿੱਤੇ ਚਿੱਤਰ ਤੋਂ ਸਪੱਸ਼ਟ ਹੁੰਦਾ ਹੈ ਕਿ 3 ਢੰਗਾਂ ਰਾਹੀਂ ਆਪਣੀ ਗੱਲ ਦੂਜੇ ਤੱਕ ਪਹੁੰਚਾਈ ਗਈ ਹੈ। ਪ੍ਰੀਤੀ ਅਤੇ ਸੋਨੀਆ ਬੋਲ ਕੇ ਆਪਣੀ ਗੱਲ ਇੱਕ ਦੂਜੇ ਨੂੰ ਸਮਝਾਉਂਦੀਆਂ ਹਨ। ਬੋਰਡ 'ਤੇ ਭਾਸ਼ਾ ਦੀ ਪਰਿਭਾਸ਼ਾ ਲਿਖੀ ਗਈ ਹੈ। ਅਧਿਆਪਕ ਜੀ ਨੇ ਇਸ਼ਾਰੇ ਨਾਲ ਬੱਚਿਆਂ ਨੂੰ ਬੈਠਣ ਲਈ ਕਿਹਾ। ਇਸ ਤਰ੍ਹਾਂ ਆਪਣੀ ਗੱਲ ਨੂੰ 3 ਢੰਗਾਂ ਰਾਹੀਂ ਸਮਝਾਇਆ ਗਿਆ ਹੈ, ਬੋਲ ਕੇ, ਲਿਖ ਕੇ ਅਤੇ ਇਸ਼ਾਰੇ ਰਾਹੀਂ। ਇਸ਼ਾਰਿਆਂ ਰਾਹੀਂ ਅਸੀਂ ਆਪਣੀ ਹਰ ਗੱਲ ਨੂੰ ਪੂਰੀ ਤਰ੍ਹਾਂ ਪ੍ਰਗਟ ਨਹੀਂ ਕਰ ਸਕਦੇ। ਇਸ ਆਧਾਰ 'ਤੇ ਭਾਸ਼ਾ ਦੇ 2 ਹੀ ਰੂਪ ਸਫਲ ਹਨ, ਯਾਨੀ ਕਿ 2 ਭਾਸ਼ਾਵਾਂ ਦੇ ਵਿੱਚ 2 ਤਰੀਕਿਆਂ ਨਾਲ ਹੀ ਅਸੀਂ ਆਪਣੀ ਭਾਸ਼ਾ ਦਾ ਜਾਂ ਆਪਣੀ ਗੱਲ ਨੂੰ ਇੱਕ ਦੂਜੇ ਤੱਕ ਪਹੁੰਚਾ ਸਕਦੇ ਹਾਂ। ਪਹਿਲਾ ਹੈਗਾ ਬੋਲਚਾਲ ਦੀ ਜਾਂ ਮੌਖਿਕ ਭਾਸ਼ਾ। ਜਦੋਂ ਅਸੀਂ ਆਪਣੀ ਗੱਲ ਬੋਲ ਕੇ ਦੂਜੇ ਤੱਕ ਪਹੁੰਚਾਉਂਦੇ ਹਾਂ ਉਸ ਨੂੰ ਕਹਿੰਦੇ ਹਾਂ ਬੋਲਚਾਲ ਦੀ ਭਾਸ਼ਾ। ਲਿਖਤੀ ਭਾਸ਼ਾ, ਜਦੋਂ ਅਸੀਂ ਆਪਣੀ ਗੱਲ ਲਿਖ ਕੇ ਦੂਜੇ ਨੂੰ ਸਮਝਾਉਂਦੇ ਹਾਂ, ਜਦੋਂ ਲਿਖ ਕੇ ਅਸੀਂ ਇੱਕ ਦੂਜੇ ਨੂੰ ਆਪਣੀ ਗੱਲ ਕਹਿੰਦੇ ਹਾਂ ਤਾਂ ਉਹਨੂੰ ਕਹਿੰਦੇ ਲਿਖਤੀ ਭਾਸ਼ਾ। ਭਾਸ਼ਾ ਉਹਨਾਂ ਬੋਲਾਂ ਨੂੰ ਕਹਿੰਦੇ ਹਨ ਜਿਨ੍ਹਾਂ ਰਾਹੀਂ ਅਸੀਂ ਆਪਣੀ ਗੱਲ ਬੋਲ ਕੇ ਜਾਂ ਲਿਖ ਕੇ ਦੂਜੇ ਤੱਕ ਪਹੁੰਚਾਉਂਦੇ ਹਾਂ। ਭਾਸ਼ਾ ਦੀਆਂ ਕਿਸਮਾਂ। ਮਾਤ ਭਾਸ਼ਾ, ਜਿਹੜੀ ਭਾਸ਼ਾ ਬੱਚੇ ਮਾਂ ਬਾਪ ਅਥਵਾ ਘਰ ਤੋਂ ਸਿੱਖਦੇ ਹਨ ਉਸ ਨੂੰ ਮਾਤ ਭਾਸ਼ਾ ਜਾਂ ਮਾਂ ਬੋਲੀ ਕਹਿੰਦੇ ਹਨ। ਪੰਜਾਬੀ ਪੰਜਾਬੀਆਂ ਦੀ ਮਾਤ ਭਾਸ਼ਾ ਹੈ। ਹਰ ਇੱਕ ਜਿਹੜਾ ਵੀ ਬੱਚਾ ਘਰ ਦੇ ਵਿੱਚ ਜਿਹੜੀ ਵੀ ਭਾਸ਼ਾ ਸਿੱਖਦਾ ਉਹਦੇ ਨਾਲ ਉਹਨੂੰ ਹੀ ਉਹਦੀ ਮਾਂ ਬੋਲੀ ਕਿਹਾ ਜਾਂਦਾ, ਕਿਉਂਕਿ ਉਹ ਬੋਲੀ ਉਹ ਆਪਣੀ ਮਾਂ ਤੋਂ ਸਿੱਖਦਾ। ਬਾਕੀ ਭਾਸ਼ਾ ਜਿਹੜੀਆਂ ਨੇ ਉਹ ਅਸੀਂ ਬਾਅਦ ਵਿੱਚ ਹੌਲੀ ਹੌਲੀ ਸਿੱਖਦੇ ਹਾਂ। ਪ੍ਰਾਂਤਿਕ ਭਾਸ਼ਾ, ਕਿਸੇ ਪ੍ਰਾਂਤ ਜਾਂ ਰਾਜ ਦੇ ਸਰਕਾਰ ਕੰਮ ਕਾਜ ਅਤੇ ਉੱਥੋਂ ਦੇ ਲੋਕਾਂ ਦੀ ਸਾਂਝੀ ਭਾਸ਼ਾ ਪ੍ਰਾਂਤਿਕ ਜਾਂ ਰਾਜ ਭਾਸ਼ਾ ਹੁੰਦੀ ਹੈ। ਪੰਜਾਬੀ ਪੰਜਾਬ ਦੀ ਪ੍ਰਾਂਤਿਕ ਜਾਂ ਰਾਜ ਭਾਸ਼ਾ ਹੈ। ਰਾਸ਼ਟਰੀ ਭਾਸ਼ਾ, ਲਗਭਗ ਸਾਰੇ ਦੇਸ਼ ਵਿੱਚ ਬੋਲੀ ਅਤੇ ਸਮਝੀ ਜਾਣ ਵਾਲੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਕਿਹਾ ਜਾਂਦਾ ਹੈ। ਵੱਖ ਵੱਖ ਪ੍ਰਾਂਤਾਂ ਦੇ ਲੋਕਾਂ ਨੂੰ ਜੋੜਨ ਕਾਰਨ ਇਸ ਨੂੰ ਸੰਪਰਕ ਭਾਸ਼ਾ ਵੀ ਕਹਿੰਦੇ ਹਨ। ਅੰਤਰਰਾਸ਼ਟਰੀ ਭਾਸ਼ਾ, ਸੰਸਾਰ ਦੇ ਬਹੁਤ ਦੇਸ਼ਾਂ ਵਿੱਚ ਬੋਲੀ ਅਤੇ ਸਮਝੀ ਜਾਣ ਵਾਲੀ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਕਹਿੰਦੇ ਹਨ। ਇਹ ਵੱਖ ਵੱਖ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ। ਅੰਗਰੇਜ਼ੀ ਭਾਸ਼ਾ ਨੂੰ ਇਹ ਦਰਜਾ ਪ੍ਰਾਪਤ ਹੈ। ਇਸ ਤਰ੍ਹਾਂ ਭਾਸ਼ਾ ਦੀਆਂ ਵੱਖ ਵੱਖ ਕਿਸਮਾਂ ਹਨ। ਤੁਸੀਂ ਜਾਣ ਗਏ ਹੋਵੋਗੇ, ਆਪਣੀ ਗੱਲ ਦੂਜੇ ਤੱਕ ਪਹੁੰਚਾਉਣ ਦੇ 2 ਹੀ ਸਫਲ ਢੰਗ ਹਨ, ਬੋਲ ਕੇ, ਬੋਲਚਾਲ ਦੀ ਜਾਂ ਮੌਖਿਕ ਭਾਸ਼ਾ, ਅਤੇ ਲਿਖ ਕੇ, ਲਿਖਤੀ ਭਾਸ਼ਾ। ਭਾਸ਼ਾ ਉਹ ਬੋਲ ਹਨ ਜਿਨ੍ਹਾਂ ਰਾਹੀਂ ਅਸੀਂ ਆਪਣੀ ਗੱਲ ਬੋਲ ਕੇ ਜਾਂ ਲਿਖ ਕੇ ਦੂਜੇ ਤੱਕ ਪਹੁੰਚਾਉਂਦੇ ਹਾਂ। ਭਾਸ਼ਾ ਦੀਆਂ ਵੱਖ ਵੱਖ ਕਿਸਮਾਂ ਹਨ। ਹੁਣ ਅਸੀਂ ਕਰਾਂਗੇ ਪਾਠ ਅਭਿਆਸ। ਹੇਠ ਦਿੱਤੇ ਪ੍ਰਸ਼ਨਾਂ ਦੇ ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ। ਪੰਜਾਬ ਦੀ ਰਾਜ ਭਾਸ਼ਾ ਹੈ ਹਿੰਦੀ, ਪੰਜਾਬੀ, ਫਾਰਸੀ, ਉਰਦੂ, ਪੰਜਾਬੀ। ਅਸੀਂ ਆਪਣੀ ਗੱਲ ਦੂਸਰੇ ਤੱਕ ਪਹੁੰਚਾਉਂਦੇ ਹਾਂ ਭਾਸ਼ਾ ਦੇ ਮਾਧਿਅਮ ਰਾਹੀਂ, ਲਿਪੀ ਦੇ ਮਾਧਿਅਮ ਰਾਹੀਂ, ਅੱਖਰਾਂ ਦੇ ਮਾਧਿਅਮ ਰਾਹੀਂ, ਧੁਨੀਆਂ ਦੇ ਮਾਧਿਅਮ ਰਾਹੀਂ, ਭਾਸ਼ਾ ਦੇ ਮਾਧਿਅਮ ਰਾਹੀਂ। ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ? ਜਰਮਨ, ਅੰਗਰੇਜ਼ੀ, ਹਿੰਦੀ, ਪੰਜਾਬੀ।
अंग्रेजी, अपनी गल दूजे तक पहुँचाने दे सफल ढंग किन्ने हैं? 2, 3, 4, 5। 2, ब्रैकेट विच शब्द चुन के खाली थावां भरो। जेकर सुनने वाला साढ़े सामने होवे तां असीं डैश उस नूं अपनी गल समझाउंदे हां, बोल के बुला के बोल के। ईमेल भाषा दे डैश रूप नाल संबंधित है लिखती। टैलीफोन ते कीती गई भाषा दे डैश रूप दी उदाहरण है बोलचाल। पंजाबियां दी मां बोली केड़ी है? पंजाबी। भाषा बारे बोर्ड ते लिखी जानकारी भाषा दे लिखती रूप नाल संबंधित या मौखिक रूप नाल? लिखती रूप नाल। अंतरराष्ट्रीय भाषा केड़ी है? अंग्रेजी। भाषा तो की भाव है? जिस साधन राही असी अपने विचार बोल के जा लिख के दूजियां अगे प्रगट करते हाँ उस नूं भाषा कहिंदे हन। अपनी गल दूजे तक पहुँचाने दे केड़े केड़े ढंग हन? भाषा दे दो रूप हन, मौखिक भाषा लिखती भाषा। इशारियां नूं अपनी गल दूजे तक पहुँचाने दा सफल साधन क्यों नहीं मन्निया जा सकता? क्योंकि इशारियां राहीं असी अपनी हर गल नूं पूरी तरह प्रगट नहीं कर सकते। दूर बैठे व्यक्ति तक असी अपनी गल किन्ना किन्ना ढंगां राहीं पहुँचा सकते हाँ? टैलीफोन या मोबाइल राहीं, ईमेल जां पत्र राहीं। मात भाषा किस नूं कहिंदे हन? जिहड़ी भाषा बच्चा घर तों सिखदा है उस नूं मात भाषा कहिंदे हन। हेठ लिखे चित्रां नूं ध्यान नाल वेखो ते इन्हां दे हेठां लिखो कि इह भाषा दे किस रूप नाल संबंधित हन। इत्थे बोल के गल हो रही है मौखिक रूप, इत्थे लिख रहे हैं बच्चे लिखती रूप, इत्थे फिर बोल के बच्चों अनाउंस कर रहे हैं मौखिक रूप, इत्थे पढ़ रहे हैं लिखती रूप, मौखिक रूप लिखती रूप। हेठ दित्ती वर्ग पहेली विच्चों हेठ लिखी भाषावां दे नाम लभो ते उन्हां नूं अलग अलग दर्शाओ। एल टिप्पी गग्गा रारेला जजे अंग्रेजी, पप्पे टिप्पी जजे कन्ना बब्बे बस्यारी पंजाबी, लल्ले स्यारी खक्खा तत्ते ब्यारी लिखती, हाहे स्यारी उत्ते टिप्पी दद्दे ब्यारी हिंदी, मम्मे कनोड़ा खखे स्यारी कक्का मौखिक। जे तुहानूं मेरी वीडियो पसंद आई होवे तां लाइक शेयर ते सबसक्राइब जरूर कर दिओ। धन्यवाद।